ਉਹ ਰੁਕਣ ਵਾਸਤੇ ਤੁਹਾਨੂੰ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕੀਤਾ ਕੀ ਕਹਿਣਾ ਚਾਹੁੰਦੇ ਹੋ ਵੇਖੋ ਗੁਰਮਤਿ ਪ੍ਰਚਾਰ ਪ੍ਰਸਾਰ ਦਾ ਕੰਮ ਜਿਹੜਾ ਟਕਸਾਲ ਦਾ ਅਸੀਂ ਪਿਛਲੇ ਸਮੇਂ ਵਿੱਚ ਵੀ ਗੁਰਮਤਿ ਪ੍ਰਚਾਰ ਦੀ ਲਹਿਰ ਜਿਹੜੀ ਆ ਨਗਰ ਕੀਰਤਨ ਦੇ ਰੂਪ ਵਿੱਚ ਖਾਲਸਾ ਵਹੀਰ ਜਿਹੜੀ ਮੁਕਤਸਰ ਸਾਹਿਬ ਤੋਂ ਕੱਢੀ ਸੀ ਦੂਸਰੀ ਵਹੀਰ ਅਸੀਂ ਫਿਰੋਜ਼ਪੁਰ ਗੁਰਦੁਆਰਾ ਜਾਮਨੀ ਸਾਹਿਬ ਤੋਂ ਕੱਢੀ ਸੀ ਤੀਸਰੀ ਵਹੀਰ ਜਿਹੜੀ ਅਸੀਂ ਸਤਿਗੁਰੂ ਅਮਰਦਾਸ ਜੀ ਦੇ ਜੋਤੀ ਚ ਉਰ ਸਮਾਉਣ ਦੇ ਪੁਰਬ ਦੇ ਦਿਨ ਚੱਲ ਰਹੇ ਨੇ ਤੇ ਦਮਦਮਾ ਟਕਸਾਲ ਦਾ ਇੱਕ ਅਸਥਾਨ ਜੋ ਕਮਾਣਾ ਤੁਰਲੇ ਬੰਨੇ ਹੈ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜਠਵਾਲ ਪੁਰ ਦਮਦਮਾ ਟਕਸਾਲ ਉਸ ਅਸਥਾਨ ਤੋਂ ਸ੍ਰੀ ਗੋਇੰਦਵਾਲ ਸਾਹਿਬ ਵਾਸਤੇ ਇਹ ਖਾਲਸਾ ਵਹੀਰ ਜਿਹੜੀ ਮਹਾਨ ਨਗਰ ਕੀਰਤਨ ਜਿਹੜਾ ਉਹ ਕੱਢਣ ਵਾਸਤੇ ਉਪਰਾਲਾ ਕੀਤਾ ਸੀ ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਕੀ ਵਜ੍ਹਾ ਜਿਸ ਦਿਨ ਤੋਂ ਅਸੀਂ ਐਲਾਨ ਕੀਤਾ ਸਰਕਾਰ ਬਖਲਾਟ ਚ ਆ ਗਈ ਸਾਨੂੰ ਕਈ ਥਾਵਾਂ ਤੋਂ ਕਈ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਬੜੀ ਹੈਰਾਨਗੀ ਹੋਈ ਕਿ ਕੱਲ ਸਵੇਰੇ 14 ਤਰੀਕ ਤੋਂ ਹੀ ਸਾਡੇ ਘਰ ਅੰਮ੍ਰਿਤਸਰ ਵਿੱਚ ਪੁਲਿਸ ਨੇ ਘੇਰਾਬੰਦੀ ਕੀਤੀ ਹੋਈ ਹੈ ਅੱਜ 15 ਤਰੀਕ ਨੂੰ ਜਿਹੜੀ ਵਹੀਰ ਸ਼ੁਰੂ ਕਰਨੀ ਸੀ ਉਹ ਗੁਰਦੁਆਰਾ ਠਵਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਅਸਥਾਨ ਤੇ ਵੀ ਪੁਲਿਸ ਨੇ ਘੇਰਾਬੰਦੀ ਕੀਤੀ ਹੋਈ ਹੈ ਨਗਰ ਸੰਗਰਾਮਾਂ ਵਿੱਚ ਵੀ ਔਰ ਸਵੇਰ ਤੋਂ ਹੀ ਪੁਲਿਸ ਜਿਹੜੀ ਫੇਰ ਬੂਹਾ ਮਾਲ ਕੇ ਵੇਖੀ ਹੋਈ ਹੈ ਸੋ ਜਦੋਂ ਪੁੱਛੀਦਾ ਤੇ ਕੋਈ ਸਮਝ ਨਹੀਂ ਲੱਗ ਰਹੀ ਪੀ ਇਹ ਗੁਰਮਤ ਪ੍ਰਚਾਰ ਪ੍ਰਸਾਰ ਕਰਨਾ ਸਾਡਾ ਨਿਰੋਲ ਕਰਮ ਹੈ ਪਿੱਛੇ ਜਿਹੜੀਆਂ ਵਹੀਰਾਂ ਸੀ ਕਢੀਆਂ ਸੀ ਕੋਈ ਵੀ ਸ਼ਿਕਾਇਤ ਨਹੀਂ ਸੀ ਪੀ ਜਾਂ ਕੋਈ ਦੇਸ਼ ਦੀ ਵਿਰੋਧਤਾ ਜਾਂ ਕੋਈ ਕਿਸੇ ਨਾੜਾ ਚੰਗਾ ਬੋਲਿਆ ਹੋਵੇ ਕੋਈ ਗਲਤ ਨਾਰੀ ਬਾਜੀ ਕੀਤੀ ਹੋਵੇ ਟਕਸਾਲ ਦਾ ਕੰਮ ਤਾਂ ਪੀ ਅਮਰਤ ਛਗੋਤ ਸਿੰਘ ਸਹਾਯੋਗ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਨਸ਼ਿਆਂ ਤੋਂ ਮੁਕਤ ਹੋ ਸਾਫਤ ਸੂਰਤ ਵਿੱਚ ਕਾਇਮ ਰਹੋ ਇਹ ਪ੍ਰਚਾਰ ਕਰਨ ਤੇ ਵੀ ਸਾਡੇ ਤੇ ਪਾਬੰਦੀਆਂ ਨੇ ਤੇ ਫਿਰ ਪਤਾ ਨਹੀਂ ਲੱਗ ਰਿਹਾ ਪਿਆਸੀਂ ਹੁਣ ਪ੍ਰਚਾਰ ਕਿੱਥੇ ਕਰੀਏ ਇਹ ਸਰਾਸਰ ਇਹ ਤਾਂ ਅਸੀਂ ਸਾਰੇ ਸਮਝਦੇ ਹਾਂ ਕਿ ਸਿੱਖਾ ਨਾਲ ਸੈਂਟਰ ਦੀ ਜਿਹੜੀ ਪਾਲਿਸੀ ਹੈ ਪੰਜਾਬ ਨੂੰ ਤਬਾਹ ਕਰਨ ਦੀ ਹੈ ਨੌਜਵਾਨਾਂ ਨੂੰ ਖਤਮ ਕਰਨ ਦੇ ਮਨਸੂਬੇ ਨੇ ਕੁਝ ਬਾਹਰ ਜਾ ਰਹੇ ਨੇ ਵਿਦੇਸ਼ਾਂ ਵਿੱਚ ਸਰਕਾਰ ਦੇ ਸਤਾਏ ਹੋਏ ਕੁਝ ਪੰਜਾਬ ਚ ਨਸ਼ੇ ਖਾ ਕੇ ਜਵਾਨੀ ਬਰਬਾਦ ਹੋ ਰਹੀ ਹੈ ਸਾਰਾ ਪੰਜਾਬ ਤਬਾਹ ਕੀਤਾ ਜਾ ਰਿਹਾ ਹੈ ਸਿੱਖ ਸਿੱਖ ਲੱਗਦਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਇੰਟਰਫੇਅਰ ਕਰ ਰਹੀ ਹੈ ਸਿੱਖਾਂ ਨੂੰ ਲੈ ਕੇ ਵੇਖੋ ਜੀ ਸ਼ੁਰੂ ਤੋਂ ਲੈ ਕੇ ਹੀ ਹੈ ਜੇ ਪਿਆਰ ਨਾਲ ਕਿਹੜੇ ਦੁਨੀਆ ਦੇ ਮਸਲੇ ਨੇ ਜਿਹੜੇ ਹੱਲ ਨਹੀਂ ਕੀਤੇ ਜਾ ਸਕਦੇ ਪਰ ਜਦੋਂ ਜਦੋਂ ਵੀ ਅਸੀਂ ਕੋਈ ਆਪਣੀ ਮੰਗ ਰੱਖਦੇ ਹਾਂ ਤੇ ਸਾਨੂੰ ਆਤਵਾਦੀ ਵੱਖਵਾਦੀ ਇਹ ਨਹਿਰਾਂ ਦਾ ਪਾਣੀ ਮੰਗੋ ਤਾਂ ਆਤਵਾਦੀ ਇਹ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਗੱਲ ਸੀ ਤੇ ਇਸ ਕਿਸਾਨਾਂ ਨੇ ਮੋਰਚਾ ਲਾ ਕੇ ਦਿੱਲੀ ਬਰੂਆਂ ਤੇ ਬੈਠੇ ਰਹੇ ਤਾਂ ਵੀ ਆਤਵਾਦੀ ਕੋਈ ਗੱਲ ਕਰੋ ਸਾਨੂੰ ਅਤਵਾਦੀ ਕਹਿ ਕੇ ਭੰਡਿਆ ਜਾ ਰਿਹਾ ਹੈ ਲੇਕਿਨ ਜਦੋਂ ਅਸੀਂ ਹਿੰਦੁਸਤਾਨ ਵਿੱਚ ਵੇਖਦੇ ਹਾਂ ਤਾਂ ਪਗਵੇ ਬੇਸ ਵਿੱਚ ਕਈ ਸਾਧੂ ਜਿਹੜੇ ਨੇ ਇੰਨਾ ਗਲਤਮਲਤ ਪ੍ਰਚਾਰ ਕਰ ਰਹੇ ਨੇ ਦੇਸ਼ ਨੂੰ ਤੋੜਦੀਆਂ ਗੱਲਾਂ ਕਰ ਰਹੇ ਨੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਵਾਸਤੇ ਕੋਈ ਐਨਐਸਏ ਨਹੀਂ ਤੇ ਜਿਹੜਾ ਕੋਈ ਅਨਰੋਲ ਧਰਮ ਦੀ ਗੱਲ ਕਰੇ ਪੰਜਾਬ ਵਿੱਚ ਉਹਨੂੰ ਕੋਈ ਬੋਲਣ ਦੀ ਵਾਹ ਹੱਕ ਨਹੀਂ ਇਹ ਸਰਾਸਰ ਸਾਡੇ ਨਾਲ ਜਾਤੀਆਂ ਨੇ ਇਸ ਗੱਲ ਤੋਂ ਕੋ ਦੂਰਿਆ ਨਹੀਂ ਇਸ ਸੈਂਟਰ ਦੀ ਪਾਲਿਸੀ ਆ ਸਾਨੂੰ ਤਬਾਹ ਕਰਨ ਦੀ ਔਰ ਇਹ ਮਨਸੂਬੇ ਨੇ ਵੀ ਪੰਜਾਬ ਨੂੰ ਨਿਚੇ ਆਂਦੀ ਦਲਦਲ ਵਿੱਚ ਪਸਾ ਰਿਓ ਕੁਝ ਨੌਜਵਾਨ ਨੇ ਤੱਕੇ ਸ਼ਹੀਦ ਅਸ਼ਕਾਰ ਹੋ ਕੇ ਵਿਦੇਸ਼ਾਂ ਚਲੇ ਜਾਣ ਤੇ ਸਾਰਾ ਪੰਜਾਬ ਖਾਲੀ ਹੋ ਜਾਵੇ ਸਿੰਘ ਸਾਹਿਬ ਜਿਹੜਾ ਹੁਣਾ ਤੁਹਾਨੂੰ ਨਜ਼ਰਬੰਦ ਕੀਤਾ ਗਿਆ ਇਰਾਦਾ ਕੀਤਾ ਜਾਇਆ ਇਹ ਪੁਲਿਸ ਦੇ ਵੱਲ ਕੱਲ 14 ਤਰੀਕ ਸਵੇਰੇ 6 ਵਜੇ ਤੋਂ ਹੀ ਤਕਰੀਬਨ ਸਾਰਾ ਦਿਨ ਪੁਲਿਸ ਜਿਹੜੀ ਬਾਹਰ ਦਰਵਾਜ਼ੇ ਅੱਗੇ ਬੈਠੀ ਰਹੀ ਹੈ ਅੱਜ ਸਵੇਰ ਤੋਂ ਫੇਰ ਇਸੇ ਤਰ੍ਹਾਂ ਬੈਠੀ ਹੈ ਮਨਸ਼ਾ ਕੀ ਲੱਗ ਰਹੀ ਪ੍ਰਸ਼ਾਸਨ ਦੀ ਅਸੀਂ ਪੁੱਛਿਆ ਉਹਨਾਂ ਨੂੰ ਬਸ ਤੁਸੀਂ ਵਹੀਰ ਜਿਹੜੀ ਹੈ ਬੰਦ ਕਰੋ ਜੀ ਵਹੀਰ ਨਾ ਕਢੋ ਪਰ ਅਸੀਂ ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਤੁਸੀਂ ਹੁਣ ਤੱਕਾਸ਼ਾ ਹੀ ਸਾਡੇ ਨਾਲ ਕਰ ਰਹੇ ਜੇ ਉੱਥੇ ਵੀ ਪੁਲਿਸ ਲਾਤੀ ਇੱਥੇ ਵੀ ਲਾ ਦਿਤਿ ਪਰ ਸਾਡਾ ਕੰਮ ਆ ਧਰਮ ਦਾ ਪ੍ਰਚਾਰ ਕਰਨਾ ਗੁਰੂ ਗੋਬਿੰਦ ਸਿੰਘ ਦੀ ਸਾਡੀ ਟਕਸਾਲ ਹੈ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਹ ਧਰਮ ਪ੍ਰਚਾਰ ਦੀ ਲਹਿਰ ਜਿਹੜੀ ਨਗਰ ਕੀਰਤਨ ਖਾਲਸਾ ਵਹੀਰ ਜਿਹੜੀ ਹੈ ਇਹਨੂੰ ਰੁਕਣ ਨਹੀਂ ਦੇਵਾਂਗੇ ਉਹ ਵੱਡੇ ਪੱਧਰ ਤੇ ਹਮਖਿਆਲ ਜਥੇਬੰਦੀਆਂ ਨੂੰ ਭਰੋਸੇ 'ਚ ਲੈ ਕੇ ਉਸੇ ਅਸਥਾਨ ਤੋਂ ਹੀ ਸਾਡੇ ਮਨ ਵਿੱਚ ਦੁਬਾਰਾ ਅਸੀਂ ਕਦੋਂ ਇਹ ਡੇਟ ਰੱਖਦੇ ਆ ਉਹ ਸਿੰਘਾਂ ਨਾਲ ਸਲਾਹ ਕਰਕੇ ਜਥੇ ਬੰਦਿਆਂ ਨਾਲ ਆਉਣ ਵਾਲੇ ਸਮੇਂ ਜਹੀਂ ਫੇਰ ਇਹ ਮੌਕਾ ਇਹ ਸੰਗਤ ਨੂੰ ਫੇਰ ਬਲਾਵਾ ਦੇਵਾਂਗੇ ਤੇ ਜਰੂਰ ਇਹ ਵਹੀਰ ਜਿਹੜੀ ਹੈ ਨਗਰ ਕੀਰਤਨ ਰੂਹ ਜਰੂਰ ਕੱਢਾਂਗੇ ਠੀਕ ਹੈ